ਸੜਕਾਂ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਚੋਂ ਹਾਰ ਪਾ ਕੇ ਜੀਵਨ ਵਿੱਚ ਨੀ ਉਹਨਾਂ ਦੇ ਹਾਰ ਵੇਖੀ ਝੋੜੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੇ ਕੌਮ ਦੇ ਬਾਕੀ ਬਹਾਰ ਵੇਖੀ ਆਓ ਮਰ ਜੀਵੜਿਆਂ ਦੀ ਕੌਮ ਦੇ ਵਾਸੋ ਇੱਕ ਵਾਰ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਾਉਣ ਵਾਸਤੇ ਪ੍ਰਵਾਨੋ ਫਤਿਹ ਸਭ ਮਾਈ ਭਾਈ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੌਮ ਕੁਰਬਾਨੀਆਂ ਤੋਂ ਸ਼ੁਰੂ ਹੋਈ ਹੈ ਆਓ ਸਾਧ ਸੰਗਤ ਮੇਰੇ ਕੋਲ ਸਮਾਂ ਨਹੀਂ ਕਿ ਮੈਂ ਖੁੱਲ੍ਹ ਕੇ ਵਿਚਾਰਾ ਕਰ ਸਕਾਂਗਾ ਇਤਿਹਾਸ ਦਾ ਇੱਕ ਵਾਰ ਕਹਿਣਾ ਹੈ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਕਿ 1978 ਦੀ ਵਿਸਾਖੀ ਕਹਿਣੀ ਹੈ ਤੇ ਉਹਦਾ ਰਿਜ਼ਲਟ ਵੀ ਕੱਢਣਾ ਹੈ ਤੇ ਸਮਾਂ ਵੀ ਕੇਵਲ 35 ਮਿੰਟ ਹੈ ਆਓ ਸਾਧ ਸੰਗਤ ਮੈਂ ਗੱਲ ਉੱਥੋਂ ਸ਼ੁਰੂ ਕਰਾਂ ਸਿੱਖ ਇਤਿਹਾਸ ਦੇ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਰਾਜ ਐਨਾ ਕੱਢੇ ਦਾ ਜਾ ਚੁੱਕਾ ਸੀ ਈਸਾਈਆਂ ਦਾ ਜੋਰ ਪੈ ਚੁੱਕਾ ਸੀ ਸਿੱਖਾਂ ਦੇ ਮੁੰਡਿਆਂ ਨੂੰ ਈਸਾਈ ਬਣਾਉਣ ਵਾਸਤੇ ਕ੍ਰਿਸਚਨਾਂ ਨੇ ਜ਼ੋਰ ਲਾ ਦਿੱਤਾ ਚਾਰ ਮੁੰਡੇ ਅੰਮ੍ਰਿਤਸਰ ਦੇ ਈਸਾਈ ਬਣ ਗਏ ਹਮਦਰਦੀਆਂ ਦੇ ਹਿਰਦਿਆਂ ਵਿੱਚ ਬੜੀ ਵੱਡੀ ਸੱਟ ਵੱਜੀ ਉਹਨਾਂ ਨੇ ਗੁਰਮਤਾ ਕੀਤਾ ਕਿ ਕੁਝ ਕੀਤਾ ਜਾਏ ਉਹਦੇ ਵਿੱਚੋਂ ਬਹੁਤ ਸਾਰੀਆਂ ਸ਼ਖਸੀਅਤਾਂ ਨਿਕਲੀਆਂ ਗਿਆਨੀ ਦਿਲ ਸਿੰਘ ਨਿਕਲੇ ਪ੍ਰੋਫੈਸਰ ਗੁਰਮੁਖ ਸਿੰਘ ਨਿਕਲੇ ਇੱਕ ਬਾਬਾ ਦਿਆਲ ਜੀ ਹੋਏ ਨੇ ਜਿਨ੍ਹਾਂ ਨੇ ਸੰਤ ਨਿਰੰਕਾਰੀ ਭਵਨ ਰਾਵਲ ਪਿੰਡੀ ਵਿੱਚ ਸ਼ੁਰੂ ਕੀਤਾ ਹੈ ਇਹ ਗੱਲ ਮੈਂ ਤਾਂ ਸਾਹਿਬ ਜੀ ਕਰ ਰਿਹਾ ਕਿ ਜਦੋਂ ਵੀ ਸੰਪਰਦਾਵਾਂ ਸ਼ੁਰੂ ਹੁੰਦੀਆਂ ਉਹ ਚੰਗੇ ਕੰਮਾਂ ਵਾਸਤੇ ਹੁੰਦੀਆਂ ਪਰ ਕਿਤੇ ਨਾ ਕਿਤੇ ਕਮਾਦਾਂ ਵਿੱਚ ਕਾਂਗਿਆਰੀਆਂ ਨਿਕਲ ਆਉਂਦੀਆਂ ਹੈ ਜਿਵੇਂ ਗੰਢਿਆਂ ਵਿੱਚ ਗੰਢੇਰਾ ਨਿਕਲ ਆਉਂਦਾ ਹੈ ਇਹ ਤਾਂ ਕਿਤੇ ਨਾ ਕਿਤੇ ਵਿੱਚ ਕੋਈ ਮਾੜਾ ਬੰਦਾ ਆ ਜਾਂਦਾ ਹੈ ਜਿਹੜਾ ਉਸ ਮਿਸ਼ਨ ਨੂੰ ਕਾਮਯਾਬ ਨਹੀਂ ਹੋਣ ਦਿੰਦਾ ਉਹਨੂੰ ਪਿੱਛੇ ਵਾਸਤੇ ਪਾਸੇ ਲੈ ਜਾਂਦਾ ਹੈ ਬਾਬਾ ਦਿਆਲ ਜੀ ਨੇ ਧਰਮ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਨੇ ਬੜੇ ਜ਼ੋਰ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ ਸਾਧ ਸੰਗਤ ਬਾਬਾ ਦਿਆਲ ਜੀ ਬੁੱਧ ਹੋ ਗਏ ਉਹਨਾਂ ਦਾ ਪੁੱਤਰ ਬਾਬਾ ਗੁਰਦਿੱਤ ਜੀ ਉਹਨਾਂ ਦੀ ਜਗ੍ਹਾ ਤੇ ਧਰਮ ਪ੍ਰਚਾਰ ਕਰਨ ਲੱਗਾ ਇਹਨਾਂ ਦਿਨਾਂ ਅੰਦਰ ਇੱਕ ਬੂਟਾ ਸਿੰਘ ਨਾਂ ਦਾ ਆਦਮੀ ਇਹਨਾਂ ਦੇ ਡੇਰੇ ਵਿੱਚ ਆਇਆ ਇਹ ਪ੍ਰਚਾਰਕ ਭਰਤੀ ਹੋਇਆ ਸਾਧ ਸੰਗਤ ਤੇ ਬੜਾ ਵੱਡਾ ਬੁਲਾਰਾ ਸੀ ਔਰ ਇਹਦੇ ਅੰਦਰ ਕੁਝ ਕਮੀਆਂ ਸਨ ਇਹ ਜਦੋਂ ਬਾਹਰ ਨਿਕਲਦਾ ਸੀ ਸਮਾਂ ਲੱਗਦਾ ਸੀ ਇਹ ਸ਼ਰਾਬ ਪੀ ਕੇ ਪ੍ਰਚਾਰ ਕਰਨ ਜਾਂਦਾ ਸੀ ਸ਼ਰਾਬ ਪੀ ਲੈਂਦਾ ਸੀ ਬਾਹਰ ਡੇਰੇ ਵਿੱਚ ਨਹੀਂ ਸੀ ਆਉਂਦਾ ਇਹਦੀ ਮਾੜੀ ਕਿਸਮਤ ਇੱਕ ਦਿਨ ਸ਼ਰਾਬ ਪੀ ਕੇ ਡੇਰੇ ਵਿੱਚ ਆ ਗਿਆ ਜਦੋਂ ਵੇਖਿਆ ਬਾਬਾ ਦਿਆਲ ਜੀ ਨੇ ਉਹਨੇ ਆਪਣੇ ਸੇਵਕਾਂ ਨੂੰ ਆਖਿਆ ਇਹਨੂੰ ਧੱਕੇ ਵਾਰ ਕਿੱਥੋਂ ਕੱਢ ਦਿਓ ਇਹਨੂੰ ਚੰਗੀ ਤਰ੍ਹਾਂ ਸੋਧਾ ਲਾਓ ਸਾਧ ਸੰਗਤ ਨੂੰ ਸੋਧਾ ਲੱਗਾ ਇੱਥੋਂ ਕੱਢ ਦਿੱਤਾ ਇਧਰ ਬਾਬਾ ਦਿਆਲ ਜੀ ਅੱਖਾਂ ਮੀਟ ਗਏ ਉਹਨਾਂ ਦਾ ਪੁੱਤਰ ਉਹਨਾਂ ਦੀ ਦੱਸੀ ਹੋਈ ਰੋਹ ਰੀਤ ਦੇ ਮੁਤਾਬਕ ਧਰਮ ਪ੍ਰਚਾਰ ਕਰਨ ਲੱਗਾ ਇਹ ਬੂਟਾ ਸਿੰਘ ਨੇ ਵੇਖਿਆ ਵੀ ਬਾਬਾ ਵਿਹਲੀਆਂ ਖਾਂਦਾ ਸਾਂ ਚੰਗਾ ਘਰ ਮਿਲ ਜਾਂਦਾ ਸੀ ਲੋਕਾਂ ਵਿੱਚ ਸਰਕਾਰ ਬਣਾ ਸੀ ਹੁਣ ਕੀ ਕਰਾਂਗਾ ਸਾਧ ਸੰਗਤ ਇਹ ਆ ਗਿਆ ਦਿੱਲੀ ਇਹਨੇ ਦਿੱਲੀ ਆ ਕੇ ਪਹਾੜਗੰਜ ਕਿਰਾਏ ਤੇ ਮਕਾਨ ਲੈ ਲਿਆ ਮਕਾਨ ਰਹਿ ਕੇ ਲੈ ਕੇ ਹੁਣ ਲੱਗਾ ਰਹਿਣ ਉੱਥੇ ਕਰੇ ਕੀ ਜਿਹੜੇ ਚੜਾਵੇ ਕਰਦੇ ਸਨ ਜਿਹੜੇ ਸੰਗਤਾਂ ਸਰਕਾਰ ਕਰਦੀਆਂ ਸਨ ਅੱਜ ਉਹ ਸਤਿਕਾਰ ਖਤਮ ਹੋ ਗਿਆ ਇਹਨੇ ਕਿਹਾ ਫਿਰ ਕਿਹੜੀ ਗੱਲ ਹੈ ਮੈਂ ਆਪ ਇਹ ਕੰਮ ਸ਼ੁਰੂ ਕਰ ਦਿੰਦਾ ਇਹਨੇ ਵੀ ਇੱਕ ਨਿਰੰਕਾਰੀ ਭਵਨ ਸ਼ੁਰੂ ਕਰ ਦਿੱਤਾ ਹੈ ਸਾਧ ਸੰਗਤ ਲੋਕ ਇਹਦੇ ਮਗਰ ਲੱਗਣੇ ਸ਼ੁਰੂ ਹੋ ਗਏ ਇਹਦੇ ਕੋਲ ਲੋਕਾਂ ਦੀ ਭੀੜ ਆਉਣੀ ਸ਼ੁਰੂ ਹੋ ਗਈ ਪੰਜ ਆਏ ਪੰਜਾਂ ਨੇ ਪ੍ਰਚਾਰ ਕੀਤਾ 10 ਆਏ ਵੱਧ ਤੋਂ ਵੱਧ ਇਹਦਾ ਪ੍ਰਚਾਰ ਵੱਧਦਾ ਗਿਆ ਔਰ ਨਾਲ ਦੀ ਨਾਲ ਇਹਦੀਆਂ ਕ੍ਰਿਤੀਆਂ ਵੀ ਵੱਧਦੀਆਂ ਗਈਆਂ ਸਾਧ ਸੰਗਤ ਪਹਿਲਾਂ ਥੋੜੀਆਂ ਕ੍ਰਿਤੀਆਂ ਕਰਦਾ ਸੀ ਹੁਣ ਇਹ ਜਾਦੇ ਕਰਨ ਲੱਗ ਪਿਆ ਇਹਦੇ ਬਾਬਾ ਦਿਆਲ ਜੀ ਬਾਰੇ ਬਾਬਾ ਗੁਰਦੇਵ ਜੀ ਬਾਰੇ ਔਰ ਗੁਰੂ ਸਾਹਿਬਾਨਾਂ ਦੇ ਖਿਲਾਫ ਵੀ ਬੜਾ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਇਹਦੇ ਨਾਲ ਇੱਕ ਬੰਦਾ ਰਲਿਆ ਜਿਹਦਾ ਨਾਂ ਹੈ ਅਵਤਾਰ ਸਿੰਘ ਅਵਤਾਰ ਸਿੰਘ ਕੋਈ ਲਿਖਾਰੀ ਸੀ ਲਿਖ ਲੈਂਦਾ ਸੀ ਉਹਨੇ ਆਪਣੀਆਂ ਰਚਨਾਵਾਂ ਆਪਣੀਆਂ ਕਵਿਤਾ ਲਿਖੀਆਂ ਸ਼ੁਰੂ ਕਰ ਦਿੱਤੀਆਂ ਕਰਦਿਆਂ ਕਰਦਿਆਂ ਸਾਧ ਸੰਗਤ ਉਹਨੇ ਇੱਕ ਵੱਡਾ ਸਾਰਾ ਗ੍ਰੰਥ ਤਿਆਰ ਕਰ ਲਿਆ ਗ੍ਰੰਥ ਤਿਆਰ ਕਰਕੇ ਕਹਿਣ ਲੱਗਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਇਹਦਾ ਪ੍ਰਕਾਸ਼ ਕਰੋ ਜਿਵੇਂ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਤੇ ਇਸ ਗ੍ਰੰਥ ਦਾ ਪਾਠ ਲੋਕਾਂ ਦੇ ਘਰਾਂ ਵਿੱਚ ਹੋਣ ਲੱਗਾ ਸਾਧ ਸੰਗਤ ਲੋਕ ਵੱਧਦੇ ਗਏ ਭੀੜ ਵੱਧਦੀ ਗਈ ਜਦੋਂ ਬਹੁਤ ਸਾਰੀ ਭੀੜ ਇਹਨਾਂ ਦੇ ਪਿੱਛੇ ਜੁੜ ਗਈ ਤੇ ਸਿਆਸੀ ਲੋਕਾਂ ਨੇ ਵੇਖਿਆ ਇਹ ਬਾਬੇ ਕੋਲ 4 ਵੋਟਾਂ ਹੈਗੀਆਂ ਸਾਧ ਸੰਗਤ ਲਕਸ਼ਣ ਆਈ ਔਰ ਭਾਜਪਾ ਨੇ ਬਾਬੇ ਦੇ ਕੋਲੋਂ ਹਮਾਇਤ ਮੰਗੀ ਬਾਬੇ ਨੇ ਹਮਾਇਤ ਦੇ ਦਿੱਤੀ ਸਾਧ ਸੰਗਤ ਮਰਾਰ ਦੀ ਦਸਾਈ ਜਿਸ ਵੇਲੇ ਪ੍ਰਧਾਨ ਮੰਤਰੀ ਬਣੇ ਸਪੈਸ਼ਲ ਤੌਰ ਤੇ ਇੱਕ ਬਾਬੇ ਦੇ ਨਾਂ ਦੀ ਕਲੋਨੀ ਉਸਰੀ ਔਰ ਬਾਬੇ ਨੂੰ ਬੜਾ ਵੱਡਾ ਹੰਗਾਰਾ ਮਿਲਿਆ ਇੱਧਰ ਪੰਜਾਬ ਦੇ ਅੰਦਰ ਲਕਸ਼ਣ ਆਈ ਏ ਤੇ ਪੰਜਾਬ ਦੇ ਨੇਤਾ ਨੇ ਆਪਣੀ ਭਾਈਵਾਲ ਪਾਰਟੀ ਨੂੰ ਜਾ ਕੇ ਆਖਿਆ ਕਿ ਸਾਨੂੰ ਲਕਸ਼ਣ ਜਿੱਤਣ ਵਾਸਤੇ ਕੀ ਕਰਨਾ ਚਾਹੀਦਾ ਉਸ ਮੀਟਿੰਗ ਦੇ ਵਿੱਚ ਭਾਜਪਾ ਦੇ ਆਗੂਆਂ ਨੇ ਕਿਹਾ ਜੇ ਤੁਸੀਂ ਜਿੱਤਣਾ ਚਾਹੁੰਦੇ ਜੇ ਤੇ ਪੰਜਾਬ ਦੇ ਵਿੱਚ ਬਾਬੇ ਦੀਆਂ ਬਹੁਤ ਸਾਰੀਆਂ ਵੋਟਾਂ ਹੈ ਤੁਸੀਂ ਬਾਬੇ ਕੋਲ ਆਓ ਆ ਕੇ ਆਪਣੀਆਂ ਵੋਟਾਂ ਮੰਗੋ ਇੱਧਰ ਬਾਬਾ ਸਿੱਖਾਂ ਤੇ ਬੜਾ ਦੁਖੀ ਸੀ ਕਿਉਂਕਿ ਪੰਜਾਬ ਦੇ ਅੰਦਰ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਦੋ ਜ਼ਿਲ੍ਹੇ ਐਸੇ ਨੇ ਜਿੱਥੇ
ਨਿਰੰਕਾਰੀਆਂ ਦਾ ਪ੍ਰਚਾਰ ਨਹੀਂ ਸੀ ਹੁੰਦਾ। ਸਤਸੰਗ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਇੱਥੇ ਪ੍ਰਚਾਰ ਕਰਦੇ ਨੇ ਤੇ ਬਹੁਤ ਸਾਰੇ ਸਿੱਖ ਸਫੇਦ ਨੇ ਉਹ ਬਾਬੇ ਦੇ ਪਿੱਛੇ ਨਹੀਂ ਲੱਗਦੇ। ਉਧਰ ਆ ਗਈ ਲਕਸ਼ਣ ਲੀਡਰਾਂ ਨੇ ਬਾਬੇ ਤੱਕ ਪਹੁੰਚ ਕੀਤੀ। ਬਾਬੇ ਨੇ ਕਿਹਾ ਆਓ ਸਾਰੇ ਇਕੱਠੇ ਹੋ ਕੇ ਆਇਓ, ਮੇਰੀਆਂ ਕੁਛ ਸ਼ਰਤਾਂ ਨੇ, ਜੇ ਮੇਰੀਆਂ ਸ਼ਰਤਾਂ ਤੁਹਾਨੂੰ ਮਨਜ਼ੂਰ ਹੋਈਆਂ ਤੇ ਮੈਂ ਆਪਣੇ ਚੇਲਿਆਂ ਦੀਆਂ ਵੋਟਾਂ ਤੁਹਾਨੂੰ ਪਵਾ ਦਿਆਂਗਾ। ਸਾਧ ਸੰਗਤ ਮੇਰੇ ਕੌਮ ਦੇ ਲੀਡਰ ਨੀਲੀਆਂ ਤੇ ਖੱਟੀਆਂ ਪੱਗਾਂ ਬੰਨ ਕੇ ਆ ਗਏ ਨੇ ਦਿੱਲੀ ਬਾਬੇ ਦੇ ਕੋਲ। ਇਹਨਾਂ ਨੇ ਬਾਬੇ ਗੁਰਬਚਨ ਸਿੰਘ ਦੇ ਸਾਹਮਣੇ ਬਹਿ ਕੇ ਆਖਿਆ ਬਾਬਾ ਜੀ ਵੋਟਾਂ ਚਾਹੀਦੀਆਂ ਨੇ, ਤੇ ਬਾਬੇ ਨੇ ਕਿਹਾ ਵੋਟਾਂ ਤੇ ਮਿਲ ਜਾਣਗੀਆਂ ਪਰ ਮੇਰੀਆਂ ਕੁਛ ਸ਼ਰਤਾਂ ਨੇ। ਆਓ ਸੰਗਤ ਮੇਰੀ ਕੌਮ ਦੇ ਉਹ ਜਝਾਰੀਆਂ ਦੀ ਕੌਮ ਦੇ ਲੀਡਰ ਜਿਹੜੇ ਕਦੇ ਨਵਾਬੀਆਂ ਪੈਰਾਂ ਨਾਲ ਰੋਂਦੇ ਸਨ, ਅੱਜ ਨਵਾਬੀ ਲੈਣ ਵਾਸਤੇ ਬਾਬੇ ਦੇ ਡੇਰੇ ਤੇ ਪੀ ਗਏ।
ਲੱਗਿਆ ਇੱਕ ਮਿੰਟ ਲਾਇਆ ਬਾਬੇ ਨੇ ਕਿਹਾ ਵੋਟਾਂ ਤੇ ਪਵਾ ਦਿਆਂਗਾ ਪਰ ਮੇਰੀਆਂ ਕੋਈ ਸ਼ਰਤਾਂ ਨੇ ਇਹਨਾਂ ਕਿਹਾ ਦੱਸੋ ਜੀ ਕਹਿਣ ਲੱਗੇ ਤਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਦੋ ਜ਼ਿਲ੍ਹੇ ਨੇ ਇਹਨਾਂ ਦੋ ਜ਼ਿਲ੍ਹਿਆਂ ਵਿੱਚ ਵੱਡੇ ਅਫਸਰ ਮੇਰੀ ਮਰਜ਼ੀ ਦੇ ਲੱਗਣੇ ਚਾਹੀਦੇ ਨੇ ਇਹਨਾਂ ਕਿਹਾ ਬਾਬਾ ਜੀ ਜਦੋਂ ਸਰਕਾਰ ਬਣ ਗਈ ਉਸੇ ਵਕਤ ਤੁਹਾਡੀ ਸ਼ਰਤ ਪੂਰੀ ਕੀਤੀ ਜਾਏਗੀ ਸਾਧ ਸੰਗਤ ਬਾਬੇ ਨੇ ਵੋਟਾਂ ਪਾ ਦਿੱਤੀਆਂ ਸਰਕਾਰ ਬਣ ਗਈ ਤੇ ਬਾਬੇ ਨੇ ਚੇਤਾ ਕਰਾਇਆ ਆਪਣੀ ਸ਼ਰਤ ਦਾ ਸਭ ਤੋਂ ਪਹਿਲਾਂ ਗੁਰਦਾਸਪੁਰ ਦਾ ਡੀਸੀ ਬਦਲਿਆ ਗਿਆ ਉਦੋਂ ਬਾਅਦ ਅੰਮ੍ਰਿਤਸਰ ਦਾ ਐਸਐਸਪੀ ਬਦਲਿਆ ਗਿਆ ਸਾਧ ਸੰਗਤ ਗੱਲ ਕੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸਾਰੇ ਵੱਡੇ ਅਫਸਰ ਲਾ ਕੇ ਉੱਥੇ ਨਿਰੰਕਾਰੀ ਲਾਏ ਗਏ ਜਦੋਂ ਸਾਰੇ ਨਿਰੰਕਾਰੀਆਂ ਨੇ ਚਰਨ ਸੰਭਾਲ ਲਿਆ ਫਿਰ ਬਾਬੇ ਨੇ ਉਹਨਾਂ ਨੂੰ ਬੁਲਾਇਆ ਸਾਰਿਆਂ ਨੂੰ ਇਹਨਾਂ ਦੀ ਇੱਕ ਮੀਟਿੰਗ ਕੀਤੀ ਆਖਿਆ ਤੁਹਾਨੂੰ ਇਸ ਵਾਸਤੇ ਲਾਇਆ ਇੱਥੇ ਮੇਰੇ ਪ੍ਰੋਗਰਾਮ ਨਹੀਂ ਹੋਣ ਦਿੰਦਾ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਾ ਇਹ ਹੁਣ ਇੱਥੇ ਪ੍ਰੋਗਰਾਮ ਕਰਨਾ ਉਹਨੇ ਕਿਹਾ ਦੱਸੋ ਕਿੱਦਾਂ ਹੋਣਾ ਚਾਹੀਦਾ ਉਹਨੇ ਕਿਹਾ ਪ੍ਰੋਗਰਾਮ ਹੋਵੇਗਾ ਵੀ ਉਦਣ ਜਿੱਦਣ ਖਾਲਸੇ ਦਾ ਸਾਜਨਾ ਦਿਵਸ ਹੈ ਜਿੱਦਣ ਇਹਨਾਂ ਨੇ ਖਾਲਸਾ ਸਾਜਿਆ ਉਦਣ ਮੈਂ ਆਪਣਾ ਪ੍ਰੋਗਰਾਮ ਕਰਨਾ ਚਾਹੁੰਦਾ ਇੱਕ ਸ਼ਹਿਰ 'ਚ ਜਲੂਸ ਹੋਵੇਗਾ ਉੱਥੇ ਇੱਕ ਵੱਡਾ ਸਮਾਗਮ ਹੋਵੇਗਾ ਜਿਹਦੇ ਵਿੱਚ ਯੂਪੀ ਹਰਿਆਣਾ ਰਾਜਸਥਾਨ ਸਾਰੇ ਮੇਰੇ ਸ਼ਰਧਾਲੂ ਉੱਥੇ ਆਉਣਗੇ ਇੱਕ ਵੱਡਾ ਇਕੱਠ ਕਰਨਾ ਪ੍ਰਬੰਧ ਸਾਰਾ ਤੁਸੀਂ ਕਰਨਾ ਸਰਕਾਰ ਮੇਰੇ ਨਾਲ ਹੈ ਸੈਂਟਰ ਦੀ ਸਰਕਾਰ ਬਾਬੇ ਦੇ ਨਾਲ ਹੈ ਪੰਜਾਬ ਦੀ ਸਰਕਾਰ ਬਾਬੇ ਦੀ ਗੁਲਾਮ ਬਣ ਚੁੱਕੀ ਹੈ ਪ੍ਰਸ਼ਾਸਨ ਬਾਬੇ ਦਾ ਹੁਣ ਬਾਬੇ ਨੂੰ ਕਾਹਦਾ ਖਤਰਾ ਹੈ ਸਾਧ ਸੰਗਤ ਕੋ ਦਿਨ ਆ ਗਿਆ ਮੇਰੇ ਕੋਲ ਸਮਾਂ ਨਹੀਂ ਮੈਂ ਵਿਸਤਾਰ ਵਿੱਚ ਜਾਵਾਂ ਸਮਾਂ ਢਾਈ ਘੰਟੇ ਪ੍ਰਸੰਗ ਨੂੰ ਚਾਹੀਦਾ ਮੈਂ ਤੀਆਂ ਪੀਟੀਆਂ ਮਿੰਟਾਂ 'ਚ ਕਹਿਣਾ ਆਓ ਸਾਧ ਸੰਗਤ ਉੱਧਰ ਬਾਬੇ ਨੇ ਸਮਾਗਮ ਦੀ ਤਿਆਰੀ ਕਰ ਲਈ ਤੇ ਇੱਧਰ ਸਰਕਾਰ ਜਿਹੜੀ ਹੈ ਉਹ ਬਾਬੇ ਦਾ ਸਮਾਗਮ ਕਰ ਰਹੀ ਕਰਵਾ ਰਹੀ ਹੈ ਹੁਣ ਪੰਥ ਦੇ ਸਾਹਮਣੇ ਇੱਕ ਬੜੀ ਵੱਡੀ ਚੁਣੌਤੀ ਹੈ ਪੰਥ ਕੀ ਕਰੇ ਸਾਧ ਸੰਗਤ ਉਸ ਬਾਬੇ ਦੇ ਸਮਾਗਮਾਂ ਦੇ ਇਸ਼ਤਿਹਾਰ ਦਰਬਾਰ ਸਾਹਿਬ ਦੀਆਂ ਦੀਵਾਰਾਂ ਤੱਕ ਲਟਕਾਏ ਗਏ ਸਾਧ ਸੰਗਤ ਜਦੋਂ ਲੋਕਾਂ ਨੇ ਪੜਿਆ ਪੰਥ ਧਰਤੀਆਂ ਨੇ ਪੜਿਆ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਹੁਣ ਕੀ ਹੋਵੇਗਾ ਇੱਥੇ ਲਹੂ ਡੁੱਲੇਗਾ ਸਾਧ ਸੰਗਤ ਪਰ ਪੰਥ ਦੇ ਆਗੂਆਂ ਨੇ ਇੱਕ ਵਿਚਾਰ ਕੀਤਾ ਕਿ ਬਾਬੇ ਨੂੰ ਆਪਣਾ ਕੰਮ ਕਰਨ ਦਿਓ ਬਾਬਾ ਜੋ ਕਰਦਾ ਉਹਨੂੰ ਕਰ ਲੈਣ ਦਿਓ ਔਰ ਪੰਥ ਦੇ ਖਿਲਾਫ਼ ਕੁਝ ਕਹੇਗਾ ਤੇ ਫਿਰ ਵੇਖਾਂਗੇ ਸਾਧ ਸੰਗਤ ਉੱਧਰ ਆਇਆ ਨਿਰੰਕਾਰੀ ਉਹਨੇ ਸੱਤ ਸਤਾਰੇ ਸਾਜੇ ਆਪਣੇ ਨਾਲ ਲੈ ਕੇ ਆਇਆ ਬਾਬਾ ਆਪ ਉੱਚਾ ਸਿੰਘਾਸਣ ਲਾ ਕੇ ਬੈਠਾ ਇੱਕ ਪਾਸੇ ਉਹਨੇ ਵੱਡੀ ਕੁਰਸੀ ਆਪਣੀ ਘਰਵਾਲੀ ਦੀ ਲਾਈ ਆਪਣੇ ਸਿਰ ਤੇ ਆਪਣੇ ਚੇਲਿਆਂ ਦੇ ਕੋਲੋਂ ਚੋਰ ਕਰਵਾਇਆ ਉਸ ਬਾਬੇ ਨੇ ਸਾਧ ਸੰਗਤ ਜਦੋਂ ਏਡੀ ਦਰਦਨਾਕ ਦਸ਼ਾ ਅੰਮ੍ਰਿਤਸਰ ਸ਼ਹਿਰ ਅੰਦਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤ ਸਰੋਵਰ ਬਣਾ ਕੇ ਸਾਧ ਸੰਗਤ ਪੂਰੀ ਸੇ ਕੌਮ ਨੂੰ ਧਰਮ ਪ੍ਰਚਾਰ ਨਾਲ ਜੋੜਿਆ ਹੈ ਅੱਜ ਉੱਥੇ ਨਿਰੰਕਾਰੀ ਆਪਣੀਆਂ ਮਨਮਾਨੀਆਂ ਕਰਦਾ ਹੈ ਇੱਕ ਸਿੱਖ ਨੇ ਤੱਕਿਆ ਇੱਥੋਂ ਭੱਜਾ ਉਹ ਆਇਆ ਸਿੱਧਾ ਫੌਜਾ ਸਿੰਘ ਦੇ ਕੋਲ ਇੱਧਰ ਸੁਖਦੇਵ ਸਿੰਘ ਬੱਬਰ ਦਾ ਆਨੰਦਕਾਰ ਹੋ ਰਿਹਾ ਸੀ ਤੇ ਫੌਜਾ ਸਿੰਘ ਆਨੰਦਕਾਰ ਕਰਵਾ ਰਿਹਾ ਸੀ ਉਹ ਸਿੱਖ ਨੇ ਆ ਕੇ ਸਾਰੀ ਖਬਰ ਕਹਿ ਸੁਣਾਈ ਜਿਸ ਵੇਲੇ ਸਾਧ ਸੰਗਤ ਸਾਰੀ ਖਬਰ ਕਹਿ ਕੇ ਸੁਣਾਈ ਸੂਰਮਿਆਂ ਨੂੰ ਜੋਸ਼ ਆਇਆ ਉਹਨਾਂ ਦੇ ਹਰਮੋਨੀਆਂ ਦੀਆਂ ਸੁਰਾਂ ਤੋਂ ਹੱਥ ਉੱਠੇ ਉਹਨਾਂ ਦੇ ਹੱਥ ਤਲਵਾਰ ਦੀਆਂ ਮੁੱਠਾਂ ਤੇ ਚਲੇ ਗਏ ਪਰ ਕੌਮ ਦੇ ਆਗੂਆਂ ਨੇ ਕਿਹਾ ਏਦਾਂ ਨਹੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਦੱਸਣਾ ਚਾਹੀਦਾ ਇਹ ਸਾਰਾ ਜੱਥਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋਲ ਪਹੁੰਚ ਗਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਆਖਿਆ ਵਾ ਜੀਵਨ ਸਿੰਘ ਮਾਲ ਮੰਤਰੀ ਆਇਆ ਏ ਮੰਜੀ ਸਾਹਿਬ ਉੱਥੇ ਜਾ ਕੇ ਉਹਨੂੰ ਮਿਲਿਆ ਜਾਵੇ ਸਾਧ ਸੰਗਤ ਸਜਰਨੈਲ ਸਿੰਘ ਅੱਗੇ ਲੱਗੇ ਸਾਰੀ ਜਿਹੜੀ ਸਾਰੇ ਲੀਡਰ ਸਨ ਜਿਹੜੇ ਕੌਮ ਦੇ ਆਗੂ ਸਨ ਜਥੇਦਾਰ ਸਨ ਸਾਰਾ ਪੰਥ ਉਹਨਾਂ ਦੇ ਪਿੱਛੇ ਤੁਰਿਆ ਪਹੁੰਚ ਗਿਆ ਦੀਵਾਨ ਹਾਲ ਮੰਜੀ ਸਾਹਿਬ ਜਾ ਕੇ ਜੀਵਨ ਸਿੰਘ ਉਪਰੰਤ ਬੰਦੋ ਆਖਿਆ ਵੇਖ ਤੁਹਾਡੀ ਸਰਕਾਰ ਦੇ ਹੁੰਦਿਆਂ ਅੱਜ ਮਨਮਾਨੀਆਂ ਕੀਤੀਆਂ ਜਾ ਰਹੀਆਂ ਬਾਬੇ ਵੱਲੋਂ ਸਿੱਖ ਕੌਮ ਦੀ ਤੋਹੀਨ ਕੀਤੀ ਜਾ ਰਹੀ ਹੈ ਕਿ ਕੋਈ ਸਰਕਾਰ ਕਰੇ ਉਹਦੇ ਦੋਵੇਂ ਬਾਹਾਂ ਖੜੀਆਂ ਕਰਕੇ ਆਖਿਆ ਜਰਨੈਲ ਸਿੰਘਾ ਅੰਦਰ ਵਰਗੇ ਦਿਲ ਕੱਟ ਲਓ ਅਜੇ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਨਾ ਹੀ ਸਰਕਾਰ ਨੇ ਕੁਝ ਕਰਨਾ ਆਖਿਰਕਾਰ ਸੰਤ ਜਰਨੈਲ ਸਿੰਘ ਕਹਿਣ ਲੱਗੇ ਹੁਣ ਲੱਗਦਾ ਹੈ ਕਿ ਹੱਥ ਤਲਵਾਰ ਦੀ ਮੁੱਠ ਤੇ ਖਾਣਾ ਪਵੇਗਾ ਪਰ ਮੁਰਗੀ ਸਿੱਖਾਂ ਨੇ ਕਿਹਾ ਜੇ ਸੰਤ ਜਰਨੈਲ ਸਿੰਘ ਉੱਥੇ ਪਹੁੰਚ ਗਏ ਤੇ ਬਹੁਤ ਵੱਡੀ ਗੜਬੜ ਹੋਵੇਗੀ ਉਹਨਾਂ ਨੇ ਹੁਕਮ ਕੀਤਾ ਸੰਤ ਜੀ ਤੁਸੀਂ ਨਹੀਂ ਜਾਣਾ ਅਸੀਂ ਰਾਵਾਂਗੇ ਸ਼ਾਂਤ ਨਹੀਂ ਰਹਿ ਕੇ ਉਹਨੂੰ ਰੋਕਣ ਦਾ ਯਤਨ ਕਰਾਂਗੇ ਸਾਧ ਸੰਗਤ ਵਿੱਚ ਸਿੰਘਾਂ ਦਾ ਜਥਾ ਬਿਨਾਂ ਹਥਿਆਰਾਂ ਤੋਂ ਪਹੁੰਚਾ ਉੱਥੇ ਅਜੇ ਜਥਾ 500 ਗਜ ਦੀ ਦੂਰੀ ਤੇ ਸੀ ਉਹ ਬਾਬੇ ਦੇ ਗੁੰਡਿਆਂ ਨੇ ਉਹ ਸਰਕਾਰ ਦੇ ਬੰਦਿਆਂ ਨੇ ਸਿੰਘਾਂ ਉੱਤੇ ਅੰਨੇਵਾਹ ਗੋਲੀ ਚਲਾ ਦਿੱਤੀ 13 ਸਿੰਘ ਸ਼ਹੀਦੀ ਦਾ ਜਾਮ ਪੀ ਗਏ ਬਹੁਤ ਸਾਰੇ ਸਿੰਘਾਂ ਨੂੰ ਗੋਲੀਆਂ ਲੱਗੀਆਂ ਫੱਟੜ ਹੋ ਕੇ ਧਰਤੀ ਤੇ ਡਿੱਗੇ ਸਾਧ ਸੰਗਤ ਸਰਕਾਰ ਨੇ ਆਪਣੀ ਸਿਕਿਉਰਿਟੀ ਦੇ ਕੇ ਬਾਬੇ ਨੂੰ ਸੁਰੱਖਿਅਤ ਫੜ ਦਿੱਤਾ ਬਾਬਾ ਤੇ ਚਲੇ ਗਿਆ ਬਾਅਦ ਲੀਡਰਾਂ ਨੇ ਪੋਚਾ ਪਾਇਆ ਕੋਈ ਗੱਲ ਨਹੀਂ ਕੇਸ ਕਰਾਂਗੇ ਬਾਬੇ ਨੂੰ ਸਜ਼ਾ ਦਵਾਵਾਂਗੇ ਪਰ ਕਿਹਨੇ ਸਜ਼ਾ ਦਵਾਉਣੀ ਸੀ ਥੋੜੇ ਦੇ ਦਿਨ ਉਹ ਅਦਾਲਤ ਤੇ ਕੇਸ ਚੱਲਿਆ ਅੰਮ੍ਰਿਤਸਰ ਦੀ ਅਦਾਲਤ ਤੇ ਸਾਧ ਸੰਗਤ ਸਿਆਸਤਦਾਨਾਂ ਨੂੰ ਕੇਸ ਨਹੀਂ ਚੁੱਕਿਆ ਕਰਨਾਲ ਦੀ ਅਦਾਲਤ ਵਿੱਚ ਲੱਗੇ ਤੇ ਕੁਝ ਮਹੀਨੇ ਬੀਤੇ
तीन तरीक चौथी तरीक से बाबे के 62 बंदे हरिया हो गए। बाबा 62 बंदे लै गए अदालत तो बाहर निकलिया कह लगा कहते मैं सिखा का गुरु 52 हरिया जा के लाया मैं अब अपने 62 लेके जा रहा मैं वड्डा के सिखा का गुरु वड्डा उन्हें इन्ने करारे बोल बोले फैसला आप करेगा इस सूरमिया करके कटिया संत जरनैल सिंह खालसा भिंडरा वाले ने 13 सिंह की शहीदी का बदला लैण वास्ते सूरमिया Check!
ਸਕਦਾ। ਇਹ ਨਿਰੰਕਾਰੀ ਕੀ ਚੀਜ਼ ਹੈ ਤੇ ਕੌਣ ਘੱਟ ਸੀ ਸੂਰਮਾ ਚਿੰਕਾਰੇ ਛੱਡ ਦਿੱਤੇ। ਉੱਠਿਆ ਕਾਬਲ ਸਿੰਘ ਨਾਗੋ ਕਹਿੰਦਾ ਸੂਰਮਾ, ਇਹਨੇ ਕਿਹਾ ਸਤ ਜੀ ਤੁਸੀਂ ਸਤਿਗੁਰ ਅੱਗੇ ਅਰਦਾਸ ਕਰੋ, ਇਹ ਕੰਮ ਮੈਂ ਕਰਾਂਗਾ। ਤੇ ਜਿਸ ਵੇਲੇ ਕਾਬਲ ਸਿੰਘ ਉੱਠਿਆ ਨਾ ਤੇ ਨਾਲ ਦਲਵੀਰ ਸਿੰਘ ਕਹਿੰਦਾ, ਭਰਾਵਾ ਸੁੱਖਾ ਸਿੰਘ ਇਕੱਲਾ ਨਹੀਂ ਸੀ ਗਿਆ, ਨਾਲ ਮਹਤਾਬ ਸਿੰਘ ਵੀ ਹੈਗਾ ਸੀ, ਮੈਂ ਵੀ ਤੇਰੇ ਨਾਲ ਜਾਣਾ। ਸਾਧ ਸੰਗਤ ਦਾ ਸੂਰਮਾ ਤਿਆਰ ਹੋਇਆ ਕਿ ਤੀਜਾ ਨਾਲ ਹੋਰ ਹੋ ਗਿਆ। ਕਹਿਣ ਲੱਗਾ ਮੈਂ ਤੁਹਾਡਾ ਵਿਛੋੜਾ ਨਹੀਂ ਚੱਲ ਸਕਦਾ, ਮੈਨੂੰ ਵੀ ਲੈ ਕੇ ਚੱਲੋ। ਇਹ ਸੂਰਮੇ ਤੇਰੇ ਇਹ ਪਹੁੰਚੇ ਦਿੱਲੀ, ਇਹਨਾਂ ਪਹੁੰਚ ਕੇ ਬਾਬੇ ਦੇ ਡੇਰੇ ਦਾ ਜਾਇਜ਼ਾ ਲਿਆ। ਅੰਦਰ ਜਾਣ ਦਾ ਯਤਨ ਕੀਤਾ ਪਰ ਬਾਬੇ ਦੇ ਡੇਰੇ 'ਚ ਜਾਣਾ ਕੋਈ ਸੌਖਾ ਨਹੀਂ ਸੀ। ਜਿਵੇਂ ਅੱਜ ਸੰਤਾ ਸਾਧ ਵੱਡੀਆਂ ਸਕੋਲਟੀਆਂ ਲਾਈ ਫਿਰਦਾ, ਬੜੇ ਵੱਡੇ ਨਾਕੇ ਲਾਈ ਫਿਰਦਾ, ਉਵੇਂ ਬਾਬੇ ਦਾ ਬੜਾ ਜ਼ੋਰ ਸੀ। ਇਹਦੇ ਡੇਰੇ 'ਚ ਜਾਣਾ ਸੌਖਾ ਨਹੀਂ ਸੀ, ਪਾਸ ਬਣਾਉਣਾ ਪੈਂਦਾ ਸੀ, ਖਾਸ ਕਰਕੇ ਪਾਸ ਤੋਂ ਬੜਾ ਲੰਘਣਾ ਔਖਾ, ਸੂਰਮਿਆਂ ਦਾ ਕੋਈ ਜ਼ੋਰ ਨਾ ਚੱਲਿਆ। ਇਹਨਾਂ ਪਤਾ ਕੀਤਾ ਵੀ ਕੋਈ ਯਤਨ ਕਰੀਏ, ਕੋਈ ਨਾ ਕੋਈ ਸੁਰਾਖ ਲੱਭੀਏ ਵੀ ਆਪਣਾ ਬੰਦਾ ਕੋਈ ਮਿਲ ਜਾਏ। ਇਹਨਾਂ ਨੂੰ ਪਤਾ ਲੱਗਾ ਉਸ ਹਰਿਆਣੇ ਦੇ ਲਾਗੇ ਠੱਠਾ ਪਿੰਡ ਹੈ, ਉੱਥੋਂ ਦਾ ਇੱਕ ਮਿਸਤਰੀ ਸਿੰਘਾਂ ਦਾ ਨੌਜਵਾਨ ਰਣਜੀਤ ਸਿੰਘ ਅੰਦਰ ਲੱਕੜ ਦਾ ਕੰਮ ਕਰਦਾ ਹੈ, ਉਹਨੂੰ ਮਿਲਿਆ ਜਾਏ। ਸਾਧ ਸੰਗਤ ਦੇ ਸ਼ਾਮੀ ਜਾ ਕੇ ਉਹਨੂੰ ਉਹਦੇ ਕਮਰੇ 'ਚ ਮਿਲੇ, ਇਹਨਾਂ ਜਾ ਕੇ ਫਤਿਹ ਬੁਲਾਈ। ਉਹਨਾਂ ਪੁੱਛਿਆ ਉਹ ਖਾਲਸਾ ਜੀ ਕਿੱਥੋਂ ਆਏ? ਕਹਿਣ ਲੱਗੇ ਜੀ ਆਏ ਹਾਂ ਮਹਿਤਾ ਚੌਂਕ ਤੋਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਭੇਜਿਆ। ਕਹਿਣ ਲੱਗਾ ਹੁਕਮ ਕਰੋ। ਕਹਿਣ ਲੱਗੇ ਹੁਕਮੇ ਕਿ ਸੰਤਾਂ ਨੇ ਨਿਰੰਕਾਰੀ ਦਾ ਕੀਰਤਨ ਸੋਹਣਾ ਪੜ੍ਹਨ ਵਾਸਤੇ ਸਾਡੀ ਡਿਊਟੀ ਲਾਈ ਏ, ਤੇ ਅੰਦਰ ਜਾਣ ਲਈ ਪਾਸ ਬਣਾਉਣਾ ਪੈਣਾ, ਉਹ ਪਾਸ ਤੂੰ ਬਣਾ ਕੇ ਦੇ ਸਕਦਾ। ਜਿਸ ਵੇਲੇ ਗੱਲ ਸੁਣੀ ਇੱਕ ਵਾਰ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਜੇ ਪਾਸ ਬਣ ਗਿਆ ਤੇ ਆਖਿਰਕਾਰ ਫਸਲਾਂ ਤੇ ਮੈਂ ਹੀ ਆ ਨਾ। ਕਹਿਣ ਲੱਗਾ ਦੋ ਦਿਨ ਦਾ ਮੌਕਾ ਦੇ ਦਿਓ। ਦੋ ਦਿਨ ਦਾ ਮੌਕਾ ਲਿਆ, ਸਾਧ ਸੰਗਤ ਰਾਜ ਪਿਆ ਸੂਰਮਾ, ਉਹ ਸੋਚਦਾ ਪਿਆ ਸੀ ਕਿ ਜੇ ਇਸ ਬੰਦੇ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਹੈ, ਉਹਨਾਂ ਸ਼ਹੀਦਾਂ ਦਾ ਬਦਲਾ ਲੈਣ ਵਾਸਤੇ ਨਾਨਕ ਨਾਮ ਲੇਵਾ ਸਿੱਖ ਦਾ ਫਰਜ਼ ਬਣਦਾ ਹੈ, ਮੈਂ ਪਾਸ ਬਣਾ ਕੇ ਜੋ ਇਹਨਾਂ ਨੂੰ ਬਾਅਦ 'ਚ ਫਸਣਾ, ਇਹ ਕੰਮ ਮੈਂ ਆਪ ਹੀ ਕਿਉਂ ਨਹੀਂ ਕਰ ਦਿੰਦਾ? ਸਾਧ ਸੰਗਤ ਉਹਦੇ ਦਿਲ 'ਚ ਆਈ, ਇਹ ਕੰਮ ਮੈਨੂੰ ਖੁਦ ਆਪ ਕਰਨਾ ਚਾਹੀਦਾ। ਆਖਿਰਕਾਰ ਜਿੱਤੇ ਹੋਈ ਮੌਤ ਖਤਮ ਹੋਈ, ਪਹੁੰਚੇ ਸੂਰਮੇ ਉਹਦੇ ਕੋਲ, ਉਹਨਾਂ ਕਿਹਾ ਜੀ ਹੁਣ ਇਹ ਕੰਮ ਹੋ ਗਿਆ, ਸਮਝੋ ਜਾਓ ਸੰਤ ਜਰਨੈਲ ਸਿੰਘ ਖਾਲਸਾ ਨੂੰ ਕਹਿ ਦਿਓ ਕਿ ਇਹ ਕੰਮ ਹੋ ਜਾਏਗਾ, ਪਰ ਉਹਦੇ ਵਾਸਤੇ ਹਥਿਆਰ ਤੁਸੀਂ ਲਿਆ ਕੇ ਦੇਣੇ ਨੇ, ਇਹਨਾਂ ਨਾਲ ਕੋਈ ਫਿਕਰ ਨਾ ਕਰ, ਦੱਸ ਦਿਨ ਹਥਿਆਰ ਕਿੱਥੇ ਲਿਆ ਕੇ ਦਈਏ। ਇਹਨੇ ਕਿਹਾ ਡੇਟ ਆਏਗੀ ਲੱਕੜ ਮੁੱਕਣ ਵਾਲੀ ਏ, ਮੈਂ ਲੱਕੜ ਲੈਣ ਜਾਣਾ ਹੈ। ਜਦੋਂ ਲੱਕੜ ਲੈਣ ਗਿਆ ਰਸਤੇ ਵਿੱਚ ਮੈਨੂੰ ਮਿਲਿਓ, ਸਤੀਰੀ ਵਿੱਚ ਸੁਰਾਖ ਕਰਕੇ ਵਿੱਚ ਗਨ ਫਿੱਟ ਕਰਕੇ ਡੇਰੇ ਦੇ ਅੰਦਰ ਲੰਘਾਉਣੀ, ਉਹਦਾ ਲੰਘ ਨਹੀਂ ਸਕਦੀ। ਸਾਧ ਸੰਗਤ ਤੋਂ ਦਿਨ ਆ ਗਿਆ, ਲੱਕੜਾਂ ਲੈਣ ਵਾਸਤੇ ਰਣਜੀਤ ਸਿੰਘ ਦੀ ਡਿਊਟੀ ਲੱਗੀ ਏ, ਇਹਨੇ ਲੱਕੜਾਂ ਖਰੀਦੀਆਂ, ਖਰੀਦ ਕੇ ਲੱਕੜਾਂ ਇੱਕ ਸਤੀਰੀ ਵਿੱਚ ਕਰਕੇ ਸੁਰਾਖ ਵਿੱਚ ਕਰਕੇ ਗਨ ਫਿੱਟ ਵਿੱਚ ਕਰਕੇ ਰੌਂਦ ਫਿੱਟ ਡੇਰੇ ਦੇ ਅੰਦਰ ਪਹੁੰਚ ਗਏ। ਹੁਣ ਸੂਰਮੇ ਮੁਲਾਕਾਤ ਕਰਦੇ ਨੇ ਕਦੇ ਕਦੇ, ਸਾਧ ਸੰਗਤ ਇੱਧਰ ਬਾਬੇ ਦੀ ਆਉਣ ਦੀ ਤਰੀਕ ਡੇਰੇ ਵਿੱਚ ਉਹਨੇ ਕਦੋਂ ਆਉਣਾ ਹੈ, ਭਵਨ ਵਿੱਚ ਕਦੋਂ ਆਉਣਾ, ਇਹ ਪੂਰਾ ਧਿਆਨ ਰੱਖਦਾ ਉਹਦੇ ਚੇਲਿਆਂ ਨੂੰ, ਉਹਦੇ ਜਾਟਰਿਆਂ ਨੂੰ, ਆਪਣੇ ਦੋਸਤ ਬਣਾ ਕੇ ਪੁੱਛਦਾ ਰਹਿੰਦਾ। ਪਤਾ ਲੱਗਾ ਕਿ ਬਾਬਾ 24 ਅਪ੍ਰੈਲ ਨੂੰ ਡੇਰੇ ਵਿੱਚ ਆ ਰਿਹਾ, ਇੱਧਰ ਇਹਨੇ ਕਾਬਲ ਸਿੰਘ ਨੂੰ ਦਲਵੀਰ ਸਿੰਘ ਨੂੰ ਸੂਰੇ ਦਾ ਸੂਰਮੇ ਤਿਆਰ ਹੋ ਜਾਓ, ਤੁਸਾਂ ਨੇ ਇੱਥੋਂ ਭੱਜਣ ਦਾ ਰਾਹ ਮੈਂ ਲੱਭ ਲਿਆ, ਬਾਬੇ ਨੂੰ ਮਾਰਨ ਦਾ ਤਰੀਕਾ ਸੋਚਿਆ ਗਿਆ, ਆਪਾਂ 24 ਅਪ੍ਰੈਲ ਨੂੰ ਇਹਦਾ ਕੰਡਾ ਕੱਢ ਦੇਣਾ ਹੈ। ਸਾਧ ਸੰਗਤ ਕਰਕੇ ਵਿਉਂਤ ਬਣਾ ਕੇ ਅੰਮ੍ਰਿਤ ਵੇਲੇ ਉੱਠੇ ਸੂਰਮੇ, ਇਹਨਾਂ ਕੀਤਾ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਯਾਦ, ਆਖਿਆ ਕਲਗੀ ਵਾਲਿਆ ਕੌਮ ਦੀ ਖਾਤਰ ਆਪਣੇ ਨਾਲ ਕੁਰਬਾਨ ਕਰ ਦਿੱਤੇ, ਕੌਮ ਦਾ ਵਿਰੋਧੀ ਪੰਥ ਦਾ ਵਿਰੋਧੀ ਅੱਜ ਕੌਮ ਤੇ ਭਾਰੂ ਪਿਆ ਹੈ, ਇਹਦਾ ਕੀਰਤਨ ਸੋਹਣਾ ਪਾਣਾ ਸਾਨੂੰ ਬਲ ਬਖਸ਼ੀ ਵੀ ਕਰਕੇ ਅਰਦਾਸ। ਪਹੁੰਚ ਗਿਆ ਸੂਰਮਾ ਡਿਊਟੀ ਤੇ, ਇੱਧਰ ਕਾਬਲ ਸਿੰਘ ਦਲਵੀਰ ਸਿੰਘ ਵੀ ਅਧਿਕਾਰ ਲੈ ਕੇ ਡੇਰੇ ਦੀ ਬਾਹਰਲੀ ਦੀਵਾਰ ਦੇ ਲਾਗੇ ਇੰਤਜ਼ਾਰ ਕਰਦੇ ਨੇ। ਉੱਧਰ ਸੂਰਮਾ ਹੋ ਕੇ ਤਿਆਰ, ਜਦੋਂ ਪਹੁੰਚਿਆ ਡੇਰੇ ਤੇ ਹਾਜ਼ਰੀ ਲੱਗੀ, ਅੰਦਰ ਦਾਖਲ ਹੋਇਆ, ਉੱਧਰ ਬਾਬੇ ਦੇ ਆਉਣ ਦਾ ਸਮਾਂ ਹੋ ਗਿਆ, ਸਾਧ ਸੰਗਤ ਆਇਆ ਫ੍ਰੀ ਅਧਿਕਾਰ ਤੇ, ਡਰਾਈਵਰ ਕਾਰ ਚਲਾ ਰਿਹਾ, ਬਾਬਾ ਲਾ ਕੇ ਬੈਠਾ, ਘਰ ਵਾਲੀ ਮਗਰਲੀ ਸੀਟ ਤੇ ਬੈਠੀ ਹੈ। ਸਾਧ ਸੰਗਤ ਸੂਰਮੇ ਨੇ ਤੱਕਿਆ, ਆ ਕੌਮ ਦਾ ਵਿਰੋਧੀ ਆ ਰਿਹਾ, 13 ਸਿੰਘਾਂ ਦਾ ਕਾਤਲ ਸਾਹਮਣੇ ਆਇਆ ਦਾਕੇ, ਸਰਦਾਰ ਰਣਜੀਤ ਸਿੰਘ ਨੂੰ ਚੜਿਆ ਜੋਸ਼, ਉਹਨੇ ਫੜੀ ਗੰਦ ਕਰਕੇ ਉਸ ਦੁਸ਼ਟ ਵਰਸ ਦੀ ਅੱਖਾਂ ਦੁਸ਼ਟ, 13 ਸਿੰਘਾਂ ਨੂੰ ਕਤਲ ਕਰਨ ਵਾਲਿਆ ਆ ਤੇਰੀ ਮੌਤ ਆਈ। ਸੂਰਮੇ ਨੇ ਕਾਂ ਕਾਂ ਕਰਦੀਆਂ ਗੋਲੀਆਂ, ਹੇ
ਰਾਜੀਨਾਮਾ ਕਰ ਲਈਏ। ਕਹਿਣ ਲੱਗੇ 13 ਸ਼ਹੀਦ ਕੀਤੇ ਨੇ, ਜਿੱਦਣ 14 ਮਾਰਾਂਗੇ ਉਦਣ ਰਾਜੀਨਾਮੇ ਨੇ ਆਇਓ, ਪਹਿਲੋਂ ਨਾ ਆਇਓ ਜੀ। ਖਾਲਸਾ ਭਾਜੀ ਘੱਲਦਾ ਨਹੀਂ ਤੇ ਨਿਉਂਦਾ ਫਿਰ ਕਿਸੇ ਦਾ ਰੱਖਦਾ ਨਹੀਂ। ਜਿਹਨੂੰ ਪਤਾ ਲੱਗਾ ਵੀ ਨਰੰਗਾਰੀਆਂ ਦਾ ਕੀਰਤਨ ਸੋਹਲਾ ਪੜਨਾ, ਫਿਰ ਉਹਨੇ ਢਿੱਲ ਨਹੀਂ ਗੁਜ਼ਾਰੀ। ਇੱਧਰ ਸੋਢੀ ਤੁਰਿਆ ਜਾਵੇ ਆਪਣੇ ਸਾਈਕਲ ਤੇ, ਘਰੋਂ ਤੁਰਿਆ ਤੇ ਗਾੜੀ ਨਾਲ 13 ਨਿਰੰਕਾਰੀ ਤੁਰੇ ਹੋਣ। ਸੋਢੀ ਨੇ ਵੇਖਿਆ, ਕਹਿੰਦਾ 13 ਦੇ 13 ਹੀ ਨਿਰੰਕਾਰੀ ਆ ਰਹੇ ਨੇ। ਹੁਕਮ ਆਇਆ ਵੀ ਇਹਨਾਂ ਨੂੰ ਸੋਧਾ ਲਾਉਣਾ ਤੇ ਸੋਢੀ ਨੇ ਕੀ ਕੀਤਾ, ਸਾਈਕਲ ਰੋਕਿਆ ਤੇ ਭਜਨ ਸੋਹਣਾ ਇਕੱਠੀ ਕਰ ਰਿਹਾ ਸੀ ਤੂੜੀ ਤੰਗਲੀ ਨਾਲ। ਕਹਿੰਦਾ ਚਾਚਾ ਆਹ ਤੰਗਲੀ ਨਹੀਂ। ਕਹਿੰਦਾ ਕੀ ਕਰਨੀ? ਕਹਿੰਦਾ ਹੁਣੇ ਦੇ ਜਾਣਾ ਵਰਤ ਕੇ। ਤੰਗਲੀ ਫੜੀ ਸੋਢੀ ਨੇ, ਉਹਨੇ ਦੇ ਤੰਗਲੀ ਤੇ ਤੰਗਲੀ ਵਾਹੀ, ਕਿਸੇ ਦੀ ਵੱਖੀ ਸੁੱਤ ਵੱਜੀ, ਕਿਸੇ ਦੇ ਮੋਢੇ ਤੇ ਵੱਜੀ। ਇਹ ਸਾਰੇ ਲਹੂ ਲੁਹਾਨ ਹੋ ਕੇ ਗਾੜੀ ਲਾ ਕੇ ਭੱਜ ਉੱਠੇ ਤੇ ਸੋਢੀ ਕਹਿਣ ਲੱਗਾ ਚਾਚਾ ਤੰਗਲੀ ਸਾਹਿਬ ਨਾ। ਕਹਿਣ ਲੱਗਾ ਮਰਿਆ ਸਭ ਮੇਰੇ ਗੱਲ ਚ ਪਾਉਣ ਲੱਗਾ, ਲੈ ਜਾ ਨਾਲ ਹੀ, ਮੈਨੂੰ ਨੀ ਚਾਹੀਦੀ ਸਾਧ ਸੰਗਤ। ਕਹਿੰਦਾ ਦੱਸਦਾ ਹੈ ਕੌਣ? ਕਹਿੰਦਾ ਤੇਰੇ ਨਾਲ ਦੇ ਪਿੰਡ ਦਾ ਸੋਢੀ ਆ। ਸਾਧ ਸੰਗਤ ਪਤਾ ਲੱਗ ਗਿਆ ਸੋਢੀ ਨੇ 13 ਨਿਰੰਕਾਰੀ ਕੁੱਟੇ। ਉਹ ਜਾ ਕੇ ਬੁੱਲਵਾਲ ਚੌਂਕੀ ਚ ਰੋਏ ਪਿੱਛੇ, ਕਹਿਣ ਲੱਗੇ ਸਾਨੂੰ ਇੰਨਾ ਕੁੱਟਿਆ, ਇੰਨਾ ਮਾਰਿਆ, ਨੂੰ ਫੜੋ ਤੇ ਸੋਢੀ ਇੱਧਰ ਇਕੱਲਾ ਤੁਰਿਆ ਜਾਵੇ। ਪੁਲਿਸ ਨੇ ਫੜ ਲਿਆ, ਪੁਲਿਸ ਫੜ ਕੇ ਜਦੋਂ ਲੈ ਗਈ ਅੰਦਰ, ਇੱਧਰ ਇੱਕ ਸਿੱਖ ਨੇ ਵੇਖਿਆ ਵੀ ਸੋਢੀ ਫੜਿਆ ਗਿਆ। ਉਹਨੇ ਭਜਾਇਆ ਬੋਲਟ ਮੋਟਰਸਾਈਕਲ ਤੇ ਭਜਾ ਕੇ ਪਹੁੰਚ ਗਿਆ ਸੰਤਾਂ ਕੋਲ ਮਹਿਤੇ। ਕਹਿਣ ਲੱਗਾ ਸੰਤ ਜੀ ਸੋਢੀ ਫੜਿਆ ਗਿਆ। ਕਹਿ ਲੱਗੇ ਕਿੰਨੇ ਫੜਿਆ? ਕਹਿੰਦੇ ਬੁੱਲੋਵਾਲ ਚੌਂਕੀ ਦੇ ਇੰਚਾਰਜ ਨੇ। ਕਹਿ ਲੱਗੇ ਦੋ ਨੰਬਰ ਉਹਦਾ, ਵੀ ਵੱਜੀ ਘੰਟੀ ਬੁੱਲੋਵਾਲ ਚੌਂਕੀ ਚ। ਜਦੋਂ ਘੰਟੀ ਵੱਜੀ ਨਾ ਤੇ ਪੁੱਛਦਾ ਆਉਂਦਾ ਹੈਲੋ। ਕਹਿਣ ਲੱਗੇ ਦਮਦਮੀ ਟਸਾਲ ਦਾ ਮੁਖੀ ਜਰਨੈਲ ਸਿੰਘ ਬੋਲ ਰਿਹਾ। ਕਹਿਣ ਲੱਗਾ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ। ਮੁਨਸੀ ਨੇ ਚੁੱਕਿਆ ਫੋਨ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਨੇ ਦੇ ਕੇ ਫਤਿਹ ਜਵਾਬ, ਆਖਿਆ ਤੇਰੇ ਕੋਲ ਸਾਡਾ ਨਲੂਆ ਫੜਿਆ, ਤੂੰ ਸਾਡਾ ਨਲੂਆ ਫੜ ਲਿਆ ਤੇ ਕਹਿੰਦਾ ਹੁਕਮ ਕਰੋ
ਕਹਿਣ ਲੱਗੇ ਜਲਦੀ ਛੱਡ ਦੇ ਨਹੀਂ ਤੇ ਸਖਤ ਕਦਮ ਚੁੱਕਣਾ ਪਵੇਗਾ। ਕਹਿਣ ਲੱਗਾ ਜੀ ਹੁਣੇ ਛੱਡ ਦਿੰਦਾ। ਉਹਨੇ ਮਾਰੀ ਆਵਾਜ਼ ਉਸ ਸਿਪਾਹੀ ਨੂੰ, ਕਹਿਣ ਲੱਗਾ ਜਲਦੀ ਨਾਲ ਉਹਨੂੰ ਕੱਢ ਦੇ ਬਾਹਰ ਤੇ ਛਾਲ ਮਰਾ ਕੇ ਪਿੱਛੇ ਭਜਾ ਦੇ। ਜੇ ਨਾ ਕੱਢਿਆ ਚੌਂਕੀ ਚੋਂ ਤੇ ਆਪਣੀ ਚੌਂਕੀ ਦੀ ਖੈਰ ਨਹੀਂ। ਸਾਧ ਸੋਢੀ ਨੂੰ ਛੱਡ ਦਿੱਤਾ। ਇਹ ਤਾਂ ਫਿਰ ਜਿਹੜੇ ਸਿੰਘ ਨੂੰ ਪਤਾ ਲੱਗਾ ਨਿਰੰਕਾਰੀ ਚੁਣ ਚੁਣ ਕੇ ਮਾਰੇ ਟਿੱਕੀ ਦਾ ਨਿਉਂਦਾ ਫਿਰ ਕਵਿੰਜਾ ਨਾ ਤਾਰਿਆ। ਤਾਂ ਸਾਧ ਸੰਗਤ ਮੈਂ ਜ਼ਿਆਦਾ ਲੈਕਚਰ ਨਾ ਕਰਾਂ ਕਿਉਂਕਿ ਸਮਾਂ ਬੜਾ ਸੀਮਿਤ ਹੈ। ਅੱਜ ਸੰਤਾਂ ਦੀ ਤਸਵੀਰ ਤੋਂ ਡਰ ਲੱਗਦਾ। ਅੱਜ ਲੋਕੀ ਕਹਿੰਦੇ ਸੰਤਾਂ ਦੀ ਤਸਵੀਰ ਨਹੀਂ ਰਹਿਣ ਦੇਣੀ, ਕਾਲ ਤੱਕ ਲਾਹ ਦੇਣੀ ਹੈ। ਉਹ ਕਿਹੜਾ ਮਾਣੇ ਲਾਲ ਜੰਮਿਆ ਜਿਹੜਾ ਸੰਤਾਂ ਦੀ ਤਸਵੀਰ ਲਾ ਦੇਵੇ। ਅਜਾਇਬ ਘਰ ਵਿੱਚੋਂ ਇੱਕ ਸਿੰਘ ਨੇ ਚੈਲੰਜ ਕੀਤਾ ਉਸ ਆਰਐਸਐਸ ਦੇ ਬੰਦੇ ਨੂੰ। ਕਹਿਣ ਲੱਗਾ ਉਹ ਤੇ ਬੜੀ ਦੂਰ ਦੀ ਗੱਲ ਆ, ਮੈਂ ਤੇਰੇ ਬੂਹੇ ਦੇ ਸਾਹਮਣੇ ਸੰਤਾਂ ਦੀ ਤਸਵੀਰ ਟਾਂਗ ਕੇ ਚੱਲਿਆ, ਜੇ ਤੇਰੇ 'ਚ ਹਿੰਮਤ ਹੋਈ ਤੇ ਆਪਣੇ ਬੂਹੇ ਗਾੜੀਓ ਲਾ ਕੇ ਵਿਖਾ ਦੀ। ਉੱਥੇ ਪਹੁੰਚਣਾ ਤੇ ਬੜੀ ਦੂਰ ਦੀ ਗੱਲ ਹੈ। ਆਹ ਸਾਧ ਬੱਚੇ ਕਹਿਣ ਲੱਗੇ ਨੇ ਅੱਜ ਕਿਉਂ ਸੰਤਾਂ ਦੀ ਲੋਕਾਂ ਨੂੰ ਤਸਵੀਰ।
ਵੇਖ ਕੇ ਸਾਧ ਸੰਗਤ ਨੂੰ ਸਮਾਂ ਨਹੀਂ ਮੈਂ ਅੱਗੇ ਜਾਵਾਂ। ਇੱਕ ਸਾਡੀ ਵੀ ਮਜਬੂਰੀ ਹੁੰਦੀ ਹੈ ਕਿ ਪ੍ਰਸੰਗ ਡੇਢ ਦੋ ਢਾਈ ਘੰਟੇ ਦਾ ਹੁੰਦਾ ਹੈ, ਪ੍ਰਬੰਧਕਾਂ ਦੀ ਮਜਬੂਰੀ ਹੈ ਕਿ ਮਗਰ ਬੁਲਾਰੇ ਚੜ੍ਹਦੀ ਕਲਾ ਦੇ ਸਰਦਾਰ ਅਜੀਤ ਸਿੰਘ ਜੀ ਟਪਾਲੀ ਸਾਹਿਬ ਬੈਠੇ ਨੇ, ਸੰਗਤਾਂ ਦੇ ਰੂਬਰੂ ਹੋਣਾ। ਆਓ ਸਾਧ ਸੰਗਤ, ਅਜੇ ਆਪ ਜੀ ਦੇ ਪਾਸ ਕੁਛ ਸਮਾਂ ਇੱਥੇ ਹੋਮ ਕੌਮ ਤੁਸੀਂ ਹੈ, ਜਦੋਂ ਵੀ ਕੋਈ ਪ੍ਰਸੰਗ ਇਹੋ ਜਿਹਾ ਸੁਣਨਾ ਹੋਵੇ ਤੁਸੀਂ ਸਮਾਂ ਕੱਢ ਕੇ ਭਾਵੇਂ ਦੁਪਹਿਰੇ ਜਦੋਂ ਮਰਜ਼ੀ, ਕਿਤੇ ਸਮਾਂ ਤੁਹਾਡੀਆਂ ਮਜਬੂਰੀਆਂ ਦੇ ਸਮੇਂ ਤੁਹਾਡੇ ਕੋਲ ਨਹੀਂ ਹੁੰਦੇ, ਜਦੋਂ ਵੀ ਸਮਾਂ ਹੋਵੇ ਅਸੀਂ ਆਪ ਜੀ ਦੀ ਸੇਵਾ ਵਿੱਚ ਜਿੰਨਾ ਚਿਰ ਮੈਂ ਹਾਜ਼ਰ ਹਾਂ। ਆਓ ਸਾਧ ਸੰਗਤ, ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ। ਬਹੁਤ ਸਾਰੀਆਂ ਸੰਗਤਾਂ ਨੇ ਇਤਿਹਾਸ ਭੇਟ ਮਾਇਆ ਭੇਜੀਏ, ਗੁਰਦੇਵ ਪਾਤਸ਼ਾਹ ਨਾਂ ਸਾਰਿਆਂ ਦੇ ਆਪ ਜਾਣਦੇ ਨੇ, ਚੜ੍ਹਦੀ ਕਲਾ ਦਾ ਸਬੂਤ ਦਿਓ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਧ ਸੰਗਤ, ਦੁਸ਼ਮਣਾਂ ਸਾਨੂੰ ਮੁਕਾਉਣ ਦਾ ਬੜਾ ਯਤਨ ਕੀਤਾ, ਅਸੀਂ ਨਹੀਂ ਜੇ ਮੁੱਕੇ, ਅੱਜ ਸਾਡੀ ਭਰਾਵਾਂ ਵਾਲੀ ਜੰਗ ਸ਼ੁਰੂ ਹੁੰਦੀ ਹੈ। ਸਾਧ ਸੰਗਤ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਆਪੋ ਵਿੱਚ ਦੀ ਸਾਡੀ ਤਲਵਾਰ ਨਾ ਖੜਕੇ, ਅਤੇ ਸਾਨੂੰ ਮਾਰਨ ਵਾਲਾ ਦੁਨੀਆ 'ਚ ਕੋਈ ਨਹੀਂ। ਜਿੱਦਣ ਅਸੀਂ ਆਪੋ ਵਿੱਚ ਦੀ ਖੜਕ ਪਏ ਉਦੋਂ ਅਸੀਂ ਮਰੇ ਮਰੇ ਹਾਂ। ਸਾਡਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਜਾਂਦਾ ਰਿਹਾ, ਕਾਹਲਾ ਕਰਕੇ ਡੋਗਰਿਆਂ ਨੇ ਚੁੱਕ ਚੁਕਾ ਕੇ ਆਪੋ ਵਿੱਚ ਦੀ ਪਰਿਵਾਰ ਭਰਾਇਆ। ਸਾਧ ਸੰਗਤ ਏਦਾਂ ਦੀ ਗੱਲ ਤੋਂ ਵੱਧੀਏ, ਦੁਨੀਆ ਦੀ ਕੋਈ ਤਾਕਤ ਸਾਨੂੰ ਖਤਮ ਕਰਨ ਵਾਲੀ ਨਹੀਂ। ਸ਼ਬਦ ਗੁਰੂ ਦੇ ਲੜ ਲੱਗੀਏ, ਅੰਮ੍ਰਿਤ ਛਕੀਏ, ਤਿਆਰ ਬਰ ਤਿਆਰ ਹੋਈਏ। ਆਪ ਸਰਬਾ ਸੰਗਤਾਂ ਧੰਤਾ ਦੇ ਯੋਗ ਹੋ। ਸੋ ਇਹਨਾਂ ਲੰਮਾ ਸਮਾਂ ਬੈਠ ਕੇ ਸਰਵਣ ਕੀਤਾ ਹੈ, ਦਾਸ ਬਲਬੀਰ ਸਿੰਘ ਭੱਠਲ, ਸਾਹਦੇਰ ਸਰ ਸਰਬਜੀਤ ਕੌਰ, ਰਾਜਵਿੰਦਰ ਕੌਰ ਸਕੀਆਂ ਭੈਣਾਂ ਦੀ ਜੋੜੀ ਨਗਰ ਸਰਿਹਾੜੀ, ਸੰਗੀ ਵਾਦਕ ਭਾਈ ਦਿਲਬਾਗ ਸਿੰਘ ਜੀਬੂ, ਆਪ ਕੌਮ ਦੀ ਸੇਵਾ ਵਿੱਚ ਇਤਿਹਾਸ ਲੈ ਕੇ ਹਮੇਸ਼ਾ ਵਾਸਤੇ ਅਸੀਂ ਤਿਆਰ ਬਰ ਤਿਆਰ ਹਾਂ। ਕੋਈ ਵੀ ਪ੍ਰਸੰਗ ਸੁਣਨਾ ਹੋਵੇ ਥੋੜ੍ਹਾ ਜਿਹਾ ਪਹਿਲਾਂ ਦੱਸ ਦਿਓ, ਅਸੀਂ ਆਪ ਆਪਣੀ ਕਲਮ ਤੋਂ ਲਿਖਦੇ ਹਾਂ, ਜਿਹੜਾ ਵੀ ਕਹੋਗੇ ਉਹ ਜੇ ਨਾ ਲਿਖਿਆ ਹੋਏਗਾ ਤਾਂ ਲਿਖ ਕੇ ਸੁਣਾ ਦਿਆਂਗੇ। ਆਓ ਸਾਧ ਸੰਗਤ, ਸਾਰੀਆਂ ਸੰਗਤਾਂ ਦਾ ਧੰਨਵਾਦ। ਆਉਣ ਵਾਲੇ ਜੱਥੇ ਨੂੰ ਕੀ ਆਇਆ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗਾਇਕ ਸਾਡੀ ਵੀਡੀਓ ਹੈ, ਮਾਤਾ ਖੀਵੀ ਦਾ ਵਿਆਹ, ਜੇ ਕਿਸੇ ਨੂੰ ਲੈਣੀ ਹੋਵੇ ਉਹ ਸਾਡੇ ਕੋਲ ਬਾਹਰ ਗੁਰਦੁਆਰਾ ਸਾਹਿਬ ਜਾਂ ਹੁਣ ਪ੍ਰੋਗਰਾਮ ਤੋਂ ਬਾਅਦ ਤੁਸੀਂ ਲੈ ਸਕਦੇ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪਾਂ ਅਨਾਊਂਸਮੈਂਟ ਬਾਅਦ 'ਚ ਨਹੀਂ ਕਰ ਸਕਦੇ ਕਿਉਂਕਿ ਸਮਾਂ ਬਹੁਤ ਘੱਟ ਰਹਿ ਰਿਹਾ। ਸੋ ਧੰਨਵਾਦ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਸੰਗਤ ਨੂੰ ਬਹੁਤ ਸੋਹਣੇ ਪ੍ਰਸੰਗ ਦੇ ਨਾਲ ਨਿਹਾਲ ਕੀਤਾ। ਸੋ ਧੰਨਵਾਦ ਇਹਨਾਂ ਦਾ। ਹੁਣ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਗੱਲ ਸੰਖੇਪ ਸ਼ਬਦਾਂ ਵਿੱਚ ਜੋ ਆਪਣੀ ਨਵੀਂ ਬਿਲਡਿੰਗ ਬਣ ਰਹੀ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ। ਸੋ ਸਮੂਹ ਮਾਈਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਇਸ ਵਿੱਚ ਵੱਧ ਚੜ ਕੇ ਸੇਵਾ ਪਾਓ ਤਾਂ ਕਿ ਆਪਾਂ ਜਿਹੜੀ ਆਪਣੀ ਨਵੀਂ ਬਣਦੀ ਇਮਾਰਤ ਜਲਦੀ ਤੋਂ ਜਲਦੀ ਬਣਾ ਕੇ ਆਪਾਂ ਸੰਗਤਾਂ ਨੂੰ ਅਰਪਣ ਕਰ ਸਕੀਏ। ਸੋ ਭਾਈ ਗੁਰਦੇਵ ਸਿੰਘ ਜੀ ਗੱਲ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।